ਕਮਰੇ 'ਤੇ ਐਡਾ ਮਾੜਾ ਹਾਲ ਹੋ ਗਿਆ ਇਹਨਾਂ ਦਾ ਯਾਰ। ਮੈਂ ਅਰੁਣਾਚਲ ਪ੍ਰਦੇਸ਼ 'ਚ ਮੇਚੂਗਾ 'ਚ ਪਹਾੜਾਂ 'ਚ ਬਰਫ਼ 'ਚ ਤੰਗ ਨਹੀਂ ਹੋਇਆ ਜਿੰਨਾ ਮੈਂ ਅੱਜ ਵਾਲੇ ਸਫ਼ਰ 'ਚ ਹੋ ਰਿਹਾ। ਲੋਹੀ ਸਾਹਿਬ, ਲਗਭਗ 12:30 ਵਜੇ ਦਾ ਟਾਈਮ ਹੋ ਗਿਆ, ਗੋਰਖਪੁਰ ਆਪਾਂ ਪਹੁੰਚੇ ਹਾਂ ਅਤੇ ਬਾਈ ਹੋਲ ਜਿਹਦੇ ਕੋਲ ਆਪਾਂ ਫਲੂਦਾ ਖਾਣ ਲੱਗੇ ਸੀ, ਬਾਈ ਇਹ ਕਹਿੰਦਾ ਮੈਂ ਤੁਹਾਡੇ ਕਮਰਾ ਹੋਰ ਬਣਿਆ ਹੋਇਆ ਸੀ ਉਹਦੇ ਅੰਦਰ ਜਿੰਨੇ ਵੀ ਮਤਲਬ ਗੋਰਖਨਾਥ ਤੋਂ ਬਾਅਦ ਉਹਨਾਂ ਦੇ ਫੋਲੋਅਰ ਹੋਏ ਨੇ, ਹੈ ਨਾ, ਉਹਨਾਂ ਰਿਸ਼ੀ ਮੁਨੀਆਂ ਦੀਆਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਨੇ। ਅਤੇ ਥੱਲੇ ਪਾਸੇ ਹੈ ਜੀ ਉਹ ਜੋਤ ਵਾਲਾ ਕਮਰਾ ਜਿਹੜਾ ਮੈਂ ਕਹਿੰਦਾ ਸੀ, ਕਹਿੰਦੇ ਇਹ ਸਾਲੋਂ ਸਾਲ ਚੱਲਦੀ ਰਹਿੰਦੀ ਆ। ਇਹ ਵੀ ਜਦੋਂ ਮਹਾਂਭਾਰਤ ਦਾ ਯੁੱਧ ਜਿੱਤਿਆ ਨਾ ਪਾਂਡਵਾਂ ਨੇ, ਤਾਂ ਉਦੋਂ ਬਾਅਦ ਕਹਿੰਦੇ ਇਹ ਸਾਰਿਆਂ ਨੂੰ ਆਮੰਤ੍ਰਿਤ ਕਰਨ ਆਏ ਸੀ ਕੋਈ ਪ੍ਰੋਗਰਾਮ 'ਤੇ, ਠੀਕ ਹੈ। ਅਤੇ ਉਦੋਂ ਫਿਰ ਭੀਮ ਸੈਨ ਜਦੋਂ ਇੱਥੇ ਪਹੁੰਚੇ ਨੇ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੀ ਅਤੇ ਵੱਡੀ ਅਪਡੇਟ ਕਿ ਅੱਜ ਦਾ ਟੈਂਪਰੇਚਰ ਇੱਥੇ ਹੈਗਾ ਜੀ 30 ਡਿਗਰੀ, ਅਤੇ ਬਹੁਤ ਬੁਰਾ ਹਾਲ ਸੀ। ਰਾਤ ਨਹਾ ਕੇ ਸੁੱਤੇ ਹਾਂ, ਤੜਕੇ ਫੇਰ ਨਹਾਤੇ ਹਾਂ ਅਤੇ ਪੱਖਾ ਲਗਾਤਾਰ ਚੱਲੀ ਜਾਂਦਾ ਅਤੇ ਕਿਸੇ ਪਾਸੇ ਕੋਈ ਹੱਲ ਨਹੀਂ ਹੋ ਰਿਹਾ। ਅਤੇ ਅੱਜ ਆਪਣਾ ਬੰਗਾਲ ਵਾਲੇ ਮੁੰਡਿਆਂ ਦੇ ਨਾਲ ਆਖਰੀ ਦੇਣਾ, ਤੋ ਇਹ ਬਾਈ ਦਾ ਨਾਮ ਹੈ ਗੋਪਾਲ ਔਰ ਉਸਕੋ ਆਪ ਦੇਖ ਰਹੇ ਹੋ ਮਾਸਟਰ ਜੀ ਕੋ ਪਿਛਲੇ 3-4 ਦਿਨੋਂ ਸੇ ਇਨਕੇ ਸਾਥ ਆਜ ਹਮਾਰਾ ਆਖਰੀ ਦਿਨ ਹੈ, ਠੀਕ ਹੈ। ਮਾਸਟਰ ਜੀ ਬਤਾਓ, ਅਬ ਤੋਂ ਬਤਾਓ ਕੈਸੇ ਲਗਾ ਘੁੰਮ ਕੇ? ਬਹੁਤ ਅੱਛਾ, ਬਹੁਤ ਅੱਛਾ ਲਗਾ ਪਾਜੀ, ਬਹੁਤ ਅੱਛੇ ਥੇ ਪਾਜੀ, ਬਹੁਤ ਅੱਛਾ ਇਨਸਾਨ ਹੈ ਪਾਜੀ, ਕੈਸੇ ਬਿਲਕੁਲ ਸੇ ਬਹੁਤ ਅੱਛਾ ਲਗਾ। ਹਾਂ, ਇਨ ਭਾਈ ਕਾ ਜੋ ਘਰ ਹੈ ਨਾ ਵੋ ਬੰਗਲਾਦੇਸ਼ ਬਾਰਡਰ ਪੇ ਹੈ, ਕੋਲਕਾਤਾ ਵਾਲੀ ਸਾਈਡ। ਬਾਰਡਰ ਮੈਂ ਜ਼ਰੂਰ ਆਣਾ ਸਭ, ਹਾਂ ਸਭ ਸਬਸਕ੍ਰਾਈਬਰ ਲੋਗ ਨੇ ਬਿਲਕੁਲ ਗੇ ਦੇ ਬਾਰਡਰ ਮੇ ਘਰ ਹੈ। ਹਾਂ, ਔਰ ਬੰਗਲਾਦੇਸ਼ ਕਾ ਟ੍ਰੇਨ ਚਲਤਾ ਹੈ ਉਧਰ, ਮੈਤਰੀ ਐਕਸਪ੍ਰੈਸ ਜਾਤਾ ਹੈ ਉਧਰ। ਅੱਛਾ, ਕੋਲਕਾਤਾ ਸੇ ਬੰਗਲਾਦੇਸ਼, ਕੋਲਕਾਤਾ ਸੇ ਬੰਗਲਾਦੇਸ਼ ਟ੍ਰੇਨ ਜਾਤੀ ਹੈ। ਅੱਛਾ ਜੀ, ਠੀਕ ਹੈ ਯਾਰ, ਇਹ ਜ਼ਰੂਰ ਆਉਣਾ ਇੱਕ ਵਾਰ। ਹਾਂ, ਉਧਰ ਬਾਰਡਰ ਹੈ ਬਹੁਤ, ਬਿਲਕੁਲ ਬਿਲਕੁਲ ਨਵਾਂ ਐਕਸਪੀਰੀਅੰਸ ਆ। ਅਤੇ ਅਗਲੀ ਵਾਰੀ ਜਦੋਂ ਆਵਾਂਗੇ ਬਾਈ ਨਾਲ ਆਪਾਂ ਵੈਸਟ ਬੰਗਾਲ ਸਾਰਾ ਘੁੰਮਾਂਗੇ ਅਤੇ ਇਹਨਾਂ ਦੇ ਨਾਲ ਘੁੰਮਾਂਗੇ, ਉਹ ਟ੍ਰੇਨ ਦਾ ਐਕਸਪੀਰੀਅੰਸ ਵੀ ਕਰਾਂਗੇ। ਫਿਲਹਾਲ ਆਪਾਂ ਬ੍ਰੇਕਫਾਸਟ ਮੰਗਵਾ ਲਿਆ ਪੂੜੀਆਂ ਗਰਮੀ ਦੇ ਵਿੱਚ, ਅਤੇ ਜਿਵੇਂ ਮਾੜਾ ਜਿਹਾ ਰੰਗ ਗੋਰਾ ਹੋਣ ਲੱਗਦਾ ਨਾਲ ਦੀ ਨਾਲ ਗਰਮੀ 'ਚ ਆ ਜਾਂਦੇ ਹਾਂ। ਅਤੇ ਹੁਣ ਫਿਰ ਅੱਗ ਰੰਗ ਜਿਹੜਾ ਹੈਗਾ ਉਹ ਉਹਦੇ ਵਰਗਾ ਤਵੇ ਵਰਗਾ ਹੋ ਜਾਣਾ। ਅਤੇ ਇੱਥੋਂ ਆਪਣਾ ਅੱਜ ਸਫ਼ਰ ਹੈਗਾ ਜੀ ਗੋਰਖਪੁਰ ਵਾਲੇ ਪਾਸੇ ਦਾ, ਅਤੇ ਉਹ ਗੋਰਖਪੁਰ ਇੱਥੋਂ ਘੱਟੋ ਘੱਟ ਹੈਗਾ ਜੀ 500 ਕਿਲੋਮੀਟਰ ਦੇ ਨੇੜੇ ਤੇੜੇ। ਗੋਰਖਪੁਰ ਪਹੁੰਚਣ ਤੋਂ ਬਾਅਦ ਤੁਹਾਨੂੰ ਉੱਥੋਂ ਦੇ ਨੇੜੇ ਤੇੜੇ ਦੀਆਂ ਥਾਵਾਂ ਦਿਖਾਵਾਂਗੇ। ਫਿਲਹਾਲ ਪਹਿਲਾਂ ਪ੍ਰਸ਼ਾਦਾ ਛਕਦੇ ਹਾਂ, ਮੋਟਰਸਾਈਕਲ 'ਤੇ ਸਮਾਨ ਬੰਨ੍ਹਦੇ ਹਾਂ ਅਤੇ ਸਿੱਲੀਗੁੜੀ ਦੇ ਵਿੱਚੋਂ ਨਿਕਲਦੇ ਹਾਂ, ਠੀਕ ਹੈ ਮਾਸਟਰ ਜੀ? ਠੀਕ ਹੈ, ਠੀਕ ਹੈ, ਠੀਕ ਹੈ, ਚਲੋ ਮਿਲਾਂਗੇ ਬਸ ਅਗਲੀ ਵਾਰੀ, ਠੀਕ ਹੈ, ਇਕੱਠੇ ਕਰਾਂਗੇ ਸਫ਼ਰ ਅਗਰ ਦੁਬਾਰਾ ਆਏ ਤਾਂ ਕੋਲਕਾਤਾ। ਬਸ ਠੀਕ, ਓਕੇ ਜੀ। ਹਾਂ, ਸਿੱਲੀਗੁੜੀ 'ਚੋਂ ਬਾਹਰ ਨਿਕਲ ਗਏ ਆ, ਅੱਜ ਨੀਂਦ ਪੂਰੀ ਕਰਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਅੱਜ ਥੋੜ੍ਹਾ ਜਿਹਾ ਸਫ਼ਰ ਜ਼ਿਆਦਾ ਲੰਬਾ, ਕੱਲ੍ਹ ਬਹੁਤ ਨੀਂਦ ਆ ਰਹੀ ਸੀ, ਤੰਗ ਹੋਏ ਤਾਂ ਕਰਕੇ ਅੱਜ ਥੋੜ੍ਹਾ ਜਿਹਾ ਲੇਟ ਚੱਲੇ ਹਾਂ। 10:30 ਵਜੇ ਦਾ ਟਾਈਮ ਹੋ ਗਿਆ, ਪਰ ਇਹਦਾ ਫਾਇਦਾ ਇਹ ਆ ਵੀ ਲੰਬਾ ਸਫ਼ਰ ਕਰ ਸਕਦੇ ਹਾਂ, ਆਪਣੀ ਨੀਂਦ ਪੂਰੀ ਆ। ਅਤੇ ਵੱਡਾ ਹਾਈਵੇ ਜਾਣਾ ਪਊਗਾ, ਮੋਟਰਸਾਈਕਲ 'ਚੋਂ ਟਾਈਮ ਸਿਰ ਸੇਕ ਮਾਰਨ ਲੱਗ ਜੂਗਾ, ਪਾਣੀ ਦੀਆਂ ਬੋਤਲਾਂ ਲੈਣੀਆਂ ਪੈਣਗੀਆਂ, ਆਈਸਕ੍ਰੀਮਾਂ ਖਾਣੀਆਂ ਪੈਣਗੀਆਂ, ਫਿਰ ਜਾ ਕੇ ਕਿਤੇ ਪਹੁੰਚਾਂਗੇ। ਗਰਮੀ ਤਾਂ ਮੈਨੂੰ ਬਹੁਤ ਐਲਰਜੀ ਆ, ਪੰਜਾਬ 'ਚ ਕੀ ਮਾਹੌਲ ਆ ਗਰਮੀ ਵਾਲਾ ਕਰਿਓ ਕਮੈਂਟ। ਹੌਲੀ ਹੌਲੀ ਆਪਾਂ ਪੰਜਾਬ ਵਾਲੇ ਪਾਸੇ ਨੂੰ ਵੱਧ ਰਹੇ ਹਾਂ। ਨੈਸ਼ਨਲ ਹਾਈਵੇ 27 ਦੇ ਉੱਤੇ ਆਪਾਂ ਚੜ੍ਹ ਗਏ ਹਾਂ ਜੀ। ਬੰਗਾਲ 'ਚ ਵੀ ਚਾਹ ਦੇ ਬਾਗ ਲੱਗੇ ਹੋਏ ਨੇ ਬਾਈ, ਇੱਧਰ 50-60-70 ਕਿਲੋਮੀਟਰ ਤੱਕ ਚਾਹ ਦਾ ਅਸਰ ਰਹਿੰਦਾ ਹੀ ਆ, ਦਾਰਜਲਿੰਗ ਵਾਲੇ ਪਾਸਿਓਂ, ਸਿੱਲੀਗੁੜੀ ਵਾਲੇ ਪਾਸਿਓਂ, ਅਤੇ ਉੱਧਰ ਆਸਾਮ ਤਾਂ ਸਾਰਾ ਹੀ ਭਰਿਆ ਪਿਆ, ਟਰੱਕ ਟਰੁੱਕ ਲੱਗੇ ਖੜ੍ਹੇ ਨੇ। ਲਓ ਜੀ, ਵੈਸਟ ਬੰਗਾਲ ਕ੍ਰੋਸ ਕਰਕੇ ਬਿਹਾਰ ਦੇ ਵਿੱਚ ਆਪਾਂ ਪਹੁੰਚ ਗਏ ਹਾਂ, ਅਤੇ ਲਗਭਗ ਸਾਰਾ ਬਿਹਾਰ ਆਪਾਂ ਇੱਕ ਦਿਨ 'ਚ ਹੀ ਕ੍ਰੋਸ ਕਰ ਦੇਣਾ, ਕਿਉਂਕਿ ਇੱਥੇ ਘੁੰਮਣ ਨੂੰ ਥਾਵਾਂ ਹੈਗੀਆਂ ਨੇ, ਚਾਹੇ ਗਿਆ ਹੋ ਗਿਆ, ਬੋਧ ਗਿਆ ਹੋ ਗਿਆ, ਕੁਸ਼ੀਨਗਰ ਹੋ ਗਿਆ, ਹੈ ਨਾ, ਗੁਰਦੁਆਰਾ ਪਟਨਾ ਸਾਹਿਬ ਹੋ ਗਿਆ, ਗਿਆ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ, ਪਰ ਇਹ ਆਪਣੇ ਪਲੈਨ ਦੇ ਵਿੱਚ ਨਹੀਂ ਹੈਗਾ।
ਤੇ ਉੱਪਰ ਦੀ ਗਰਮੀ ਬਹੁਤ ਆ ਹੁਣ, ਤੇ ਉਹਨਾਂ ਥਾਵਾਂ ਦੇ ਉੱਤੇ ਆਪਾਂ ਪਹਿਲਾਂ ਵੀ ਗਏ ਹੋਏ ਆ, ਕਿਤੇ ਹਾਈਵੇ ਆ ਤੇ ਕਿਤੇ ਕਿਤੇ ਸੜਕਾਂ ਵਿੱਚ ਵਿੱਚ ਬਣ ਰਹੀਆਂ ਨੇ। ਹੁਣ ਤਾਂ ਸਾਰਾ ਹਾਈਵੇ ਆ ਪਰ ਰਾਹ ਦੇ ਵਿੱਚ ਥੋੜ੍ਹਾ ਥੋੜ੍ਹਾ ਕੰਮ ਚੱਲ ਰਿਹਾ ਇਹਨਾਂ ਦਾ, ਛੋਟੇ ਛੋਟੇ ਪੈਚ ਜਿੱਥੇ ਪੁਲ ਬਣਾਇਆ ਜਾ ਰਿਹਾ। ਲਕਸ਼ਮੀਪੁਰ ਇੱਕ ਜਗ੍ਹਾ ਦਾ ਨਾਮ ਆ ਜੀ, ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਅਤੇ ਉੱਥੇ ਵੀ ਆਪਾਂ ਪਹਿਲਾਂ ਗਏ ਹੋਏ ਹਾਂ। ਪਹਿਲਾਂ ਮੇਰੀ ਉੱਥੇ ਰੁਕਣ ਦੀ ਸਲਾਹ ਸੀ, ਫਿਰ ਮੈਂ ਕਿਹਾ ਚਲੋ ਕਦੇ ਫੇਰ ਕਰਾਂਗੇ, ਕਿਉਂਕਿ ਹਜੇ ਵੈਸਟ ਬੰਗਾਲ ਵੀ ਆਪਣਾ ਸਾਰਾ ਪਿਆ ਘੁੰਮਣ ਵਾਲਾ, ਉੜੀਸਾ ਵੀ ਨਹੀਂ ਆਪਾਂ ਕਦੇ ਗਏ, ਤਾਂ ਜਦੋਂ ਕਦੇ ਉੱਧਰ ਨੂੰ ਜਾਵਾਂਗੇ ਤਾਂ ਉਦੋਂ ਜ਼ਰੂਰ ਫਿਰ ਪ੍ਰੋਗਰਾਮ ਬਣਾਵਾਂਗੇ ਉੱਧਰਲਾ। ਬਿਹਾਰ ਸ਼ੁਰੂ ਹੋ ਗਿਆ, ਬਿਹਾਰ ਹੁਣ ਤਾਂ ਮੇਨ ਰੋਡ ਤਾਂ ਵਧੀਆ ਬਣੇ ਹੋਏ ਨੇ, ਜਦੋਂ ਮੇਨ ਰੋਡ ਤੋਂ ਇੱਧਰਲੇ ਪਾਸੇ ਨੂੰ ਜਾਈਏ ਨਾ 100 ਮੀਟਰ ਦੇ ਨੇੜੇ ਤੇੜੇ ਲੋਕਾਂ ਦੇ ਕੱਚੇ ਕੱਚੇ ਘਰ, ਝੌਂਪੜੀਆਂ, ਇਹੋ ਜਿਹਾ ਕੁਛ ਹਾਲ, ਕਹਿਣ ਦੀ ਦੇਰ ਸੀ ਆ ਗਿਆ, 100 ਮੀਟਰ ਵੀ ਨਹੀਂ ਹੈਗਾ ਇਹ ਵੀ ਐਂ ਆ ਇੱਥੇ, ਬਸ ਸੜਕਾਂ ਸੜਕਾਂ 'ਤੇ ਜ਼ੋਰ ਦਿੱਤਾ ਹੋਇਆ ਇੱਧਰਲੇ ਪਾਸੇ। ਘੱਟੋ ਘੱਟ 80 ਕਿਲੋਮੀਟਰ ਦੇ ਨੇੜੇ ਤੇੜੇ ਆ ਗਿਆ ਮੈਂ, ਇੱਕ ਵੀ ਪੈਟਰੋਲ ਪੰਪ ਨਹੀਂ ਮਿਲਿਆ, ਬਸ ਹੁਣ 5-4 ਕਿਲੋਮੀਟਰ ਹੋਰ ਜਾਣਾ ਸੀ ਮੋਟਰਸਾਈਕਲ, ਨਹੀਂ ਫਿਰ ਕਿਸੇ ਦੁਕਾਨ ਤੋਂ ਬਲੈਕ 'ਚ ਲੈਣਾ ਪੈਣਾ ਸੀ, ਫਿਰ ਜਾ ਕੇ ਪੈਟਰੋਲ ਪੰਪ ਆਇਆ। ਹੁਣ ਵੱਡੇ ਹਾਈਵੇ 'ਤੇ ਐਂ ਔਖਾ ਹੋ ਜਾਂਦਾ ਵੀ ਪੈਟਰੋਲ ਪੰਪ ਨਹੀਂ ਆਉਂਦਾ, ਤੁਹਾਡੀ ਟੈਂਕੀ ਫੁੱਲ ਆ ਫਿਰ ਵੀ ਮੁੱਕ ਜਾਂਦਾ ਤੇਲ, ਤਾਂ ਹੀ ਇੱਥੇ ਇੰਨਾ ਇਕੱਠਾ। ਇੱਥੇ ਵੀ ਪੈਟਰੋਲ ਨਹੀਂ ਮਿਲਿਆ, ਮਸ਼ੀਨ ਖਰਾਬ ਹੋਈ ਪਈ ਆ ਇਹਨਾਂ ਦੀ, ਉੱਧਰ ਟਰੱਕ ਵਾਲੇ ਨੇ ਬੈਕ ਕਰਦੇ ਕਰਦੇ ਮੋਟਰਸਾਈਕਲ ਭੰਨਤਾ ਉਹ ਸਾਹਮਣੇ। ਹੁਣ ਇੱਥੋਂ ਕਹਿੰਦੇ ਅੱਗੇ ਜਾ ਕੇ ਹੈਗਾ 4 ਕਿਲੋਮੀਟਰ ਦੇ ਨੇੜੇ ਤੇੜੇ ਪੈਟਰੋਲ ਪੰਪ, ਹੁਣ ਦੇਖੀ ਕਿਤੇ ਧੱਕਾ ਲਾਉਣ ਦੀ ਨੌਬਤ ਨਾ ਆ ਜੀ। ਹਾਈਵੇ ਦਾ ਐਂ ਔਖਾ ਹੋ ਜਾਂਦਾ, 80 ਕਿਲੋਮੀਟਰ ਹੋ ਗਿਆ ਘੱਟੋ ਘੱਟ, ਸਵੇਰ ਦਾ ਮੈਨੂੰ ਚੱਲੇ ਨੂੰ 109 ਕਿਲੋਮੀਟਰ ਹੋ ਗਏ, ਅਤੇ 109 ਇਹ ਮੀਟਰ ਤੋਂ 120 ਕਿਲੋਮੀਟਰ ਦੇ ਨੇੜੇ ਤੇੜੇ ਆ ਗਿਆ। ਪਹਿਲਾਂ ਮੈਨੂੰ ਐਂ ਸੀ ਵੀ ਜਿੱਥੇ ਪੈਟਰੋਲ ਪਵਾਵਾਂਗੇ ਉੱਥੇ ਖੜ੍ਹ ਜਾਂਗੇ, ਪੈਟਰੋਲ ਪੰਪ ਹੀ ਨਹੀਂ ਆਇਆ ਸਾਰੇ ਦਾ, ਪੈਟਰੋਲ ਪੰਪ ਕਿੱਧਰ ਹੈ ਯਹਾਂ ਪੇ, ਯੇ ਤੋ ਖਰਾਬ ਹੋ ਗਿਆ ਮਸ਼ੀਨ, ਪੁਲ ਕੇ ਉੱਪਰ ਜਾਣਾ ਹੈ ਪਹਿਲੇ ਪੁਲ ਕੇ, ਹਾਂ ਹਾਂ ਨੀਚੇ ਸੇ ਜਾਊਂ ਅਬ, ਠੀਕ ਹੈ ਹਾਂ ਹਾਂ ਠੀਕ ਹੈ ਜੀ। ਉਸ ਵੇ ਮਸ਼ੀਨ ਖਰਾਬ ਹੋ ਗਿਆ, ਵੋ ਭੀੜ ਲੱਗੀ ਪੜੀ ਹੈ ਵਹਾਂ ਪੇ, ਹਾਂ ਇੱਥੇ ਆ ਗਿਆ ਹੁਣ ਦੂਜਾ ਪੈਟਰੋਲ ਪੰਪ। ਮੈਂ ਕਹਿੰਦਾ ਸਾਰੇ ਬਿਹਾਰ ਦਾ ਹੀ ਤੇਲ ਮੁੱਕਿਆ ਪਿਆ, ਪਤੰਦਰ ਕਿਹੜੇ ਟਾਈਮ ਦੀ ਹੋਲੀ ਮਨਾਈ ਜਾਂਦੇ ਨੇ, ਹੋਲੀ ਲੰਘੀ ਨੂੰ ਤਾਂ ਸਾਲ ਹੋ ਗਿਆ। ਚਲੋ ਯਾਰ ਛਾਵੇਂ ਛੂਵੇਂ ਹੀ ਲਵਾ ਦਿਓ ਹੋਰ ਨਹੀਂ ਕੁਛ ਤਾਂ। ਚੱਲ ਲੈ ਜਾ ਉਹ ਕਰ ਲਓ ਉਹ ਕੋਈ ਬਾਤ ਨਹੀਂ ਦੱਸੇ ਹੈ ਦੀਦੀ ਜੀ ਜ਼ਿਆਦਾ ਹੈ।
ਚਲੋ ਕਾਫੀ ਆ ਬਾਈ, ਭਿੱਜ ਗਏ ਯਾਰ ਗਰਮੀ ਨਾਲ। ਓਏ ਹੋਏ ਹੋਏ ਹੋਏ, 10 ਕਿਲੋ ਦਾ ਕੋਟ ਪਾਇਆ ਹੋਇਆ, ਉੱਪਰ ਦੀ ਐਡੇ ਭਾਰੇ ਬੂਟ ਨੇ, ਇਹਦਾ ਠੰਡ ਠੁੰਡ 'ਚ ਚੀਜ਼ਾਂ ਕਾਮਯਾਬ ਨੇ, ਆਹ ਗਲਵਜ਼ ਮੋਟੇ, ਇਹ ਰਾਈਡਿੰਗ ਗਲਵਜ਼ ਨੇ ਵੈਸੇ ਮੋਟਰਸਾਈਕਲ ਚਲਾਉਣ ਵਾਲੇ, ਪਰ ਫਿਰ ਵੀ ਗਰਮੀ ਤਾਂ ਲੱਗਦੀ ਆ। ਹੁਣ ਕਿਤੇ ਰੁਕਦੇ ਹਾਂ ਆਪਾਂ ਜਾ ਕੇ, 130 ਕਿਲੋਮੀਟਰ ਦੇ ਨੇੜੇ ਤੇੜੇ ਆਪਾਂ ਲਗਭਗ ਆ ਗਏ। 1100 ਦਾ ਤੇਲ ਪਵਾਇਆ, 107 ਰੁਪਏ ਲੀਟਰ ਆ, ਅਤੇ ਬਿਹਾਰ ਦੇ ਵਿੱਚ 107 ਰੁਪਏ ਲੀਟਰ ਪੈਟਰੋਲ ਆ, ਅਤੇ ਪਹਿਲਾਂ ਪੇਮੈਂਟ ਕੀਤੀ, ਉਹ ਪੇਮੈਂਟ ਫਸ ਗਈ, ਹੁਣ ਉਹ ਕੱਟੀ ਨਹੀਂ ਗਈ, ਵਿੱਚ ਵਿਚਾਲੇ ਜੇ ਲੰਘ ਗਿਆ, ਪਰ ਮੈਸੇਜ ਆ ਗਿਆ ਉਹਨਾਂ ਦਾ ਵੀ ਸਕਸੈਸਫੁੱਲ ਹੋਈ ਨਹੀਂ ਹੈਗੀ। ਹੁਣ ਤਾਂ ਸ਼ਕਲ ਦਿਖਾਉਣ ਨੂੰ ਵੀ ਨਹੀਂ ਜੀ ਕਰਦਾ ਕੈਮਰੇ 'ਤੇ, ਐਡਾ ਮਾੜਾ ਹਾਲ ਹੋ ਗਿਆ। ਇਹਨਾਂ ਦਾ ਯਾਰ ਮੈਂ ਅਰੁਣਾਚਲ ਪ੍ਰਦੇਸ਼ 'ਚ ਮੇਚੂਗਾ 'ਚ ਪਹਾੜਾਂ 'ਚ ਬਰਫ਼ 'ਚ ਤੰਗ ਨਹੀਂ ਹੋਇਆ ਜਿੰਨਾ ਮੈਂ ਅੱਜ ਵਾਲੇ ਸਫ਼ਰ 'ਚ ਹੋ ਰਿਹਾ। ਗਰਮੀ 'ਚ ਮੋਟਰਸਾਈਕਲ ਚਲਾਉਣਾ ਰਹੇ ਰੱਬ ਦਾ ਨਾਂ, ਕਿਉਂਕਿ ਪਤਾ ਕੀ ਜਿਹੜੇ ਆਹ ਚੀਜ਼ਾਂ ਪਾਈਆਂ ਨੇ, ਆਹ ਐਡੇ ਬੂਟ ਪਾਏ ਨੇ, ਠੀਕ ਆ, ਉਹ 10 ਕਿਲੋ ਦੀ ਮਗਰ ਜੈਕਟ ਪਈ ਆ ਉੱਧਰ, ਉਹ ਪਾਇਆ ਹੋਇਆ, ਉਹ ਫਿਰ ਸਰੀਰ ਦਾ ਨਾ ਨਿਚੋੜ ਦਿੰਦੀਆਂ ਨੇ ਅੰਦਰੋਂ, ਹੁਣ ਪਤਾ ਨਹੀਂ ਅੱਖ 'ਚ ਕੀ ਪੈ ਗਿਆ, ਅੱਖ ਵੀ ਉਹ ਕਰਨ ਲੱਗ ਗਈ। ਅਤੇ ਫਿਲਹਾਲ ਆਪਣਾ ਸਫ਼ਰ ਹੈਗਾ ਜੀ ਗੋਰਖਪੁਰ ਤੱਕ ਦਾ, ਅਤੇ ਗੋਰਖਪੁਰ ਇੱਥੋਂ 7 ਘੰਟੇ ਦਾ ਰਾਹ, ਅਤੇ ਟਾਈਮ ਦੀ ਗੱਲ ਕਰੀਏ ਟਾਈਮ ਵੱਜ ਗਿਆ 2, ਅਤੇ ਮੁਜ਼ੱਫਰਪੁਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਮੁਜ਼ੱਫਰਪੁਰ ਦੇ ਵਿੱਚ ਆਪਾਂ ਜਾ ਕੇ ਰੁਕ ਜਾਈਏ, ਅਤੇ ਕੱਲ੍ਹ ਨੂੰ ਤੜਕੇ ਆਪਾਂ ਗੋਰਖਪੁਰ ਪਹੁੰਚ ਜਾਵਾਂਗੇ। ਅਤੇ ਮੁਜ਼ੱਫਰਪੁਰ ਵੀ ਹਜੇ 4 ਘੰਟੇ ਦੇ ਨੇੜੇ ਤੇੜੇ ਦਿਖਾ ਰਿਹਾ, ਕਿਉਂਕਿ ਜੇ ਅੱਜ ਥੋੜ੍ਹਾ ਜਿਹਾ ਟਾਈਮ ਸਿਰ ਪਹੁੰਚ ਜਾਵਾਂਗੇ ਨਾ, ਤਾਂ ਕੱਲ੍ਹ ਤੋਂ ਅਗਲੇ ਦਿਨ ਤੋਂ ਸਵੇਰੇ ਸਦੀਆਂ ਸਫ਼ਰ ਸ਼ੁਰੂ ਕਰਿਆ ਕਰਾਂਗੇ, ਮਤਲਬ 2 ਵਜੇ ਤੋਂ ਲੈ ਕੇ ਜਾਂ ਸਵੇਰੇ 3 ਵਜੇ ਐਵੇਂ ਸਫ਼ਰ ਆਪਾਂ ਸ਼ੁਰੂ ਕਰਿਆ ਕਰਾਂਗੇ। ਕਿਉਂਕਿ ਜਿਹੜਾ ਸਵੇਰ ਵਾਲਾ ਸਫ਼ਰ ਆ 5-6 ਘੰਟੇ ਜਦੋਂ ਆਪਾਂ ਕੱਢ ਲਏ, 2 ਵਜੇ ਤੋਂ ਲੈ ਕੇ 8-9 ਵਜੇ ਤੱਕ, ਚਾਹੇ 300 ਕਿਲੋਮੀਟਰ ਨਿਕਲ ਜਾਏ, ਉਹ 'ਚ ਸਫ਼ਰ ਕਵਰ ਹੋ ਜਾਣਾ, ਠੀਕ ਆ। ਬਾਕੀ ਅੱਜ ਅੱਜ ਦਿਨ ਹੀ ਆ, ਅੱਗੇ ਜਾ ਕੇ ਆਪਾਂ ਫਿਰ ਥਾਵਾਂ ਨੇ ਦੇਖਣ ਵਾਲੀਆਂ ਉਹ ਦੇਖਾਂਗੇ, ਉਦੋਂ ਬਾਅਦ ਫਿਰ ਆਪਣਾ ਸਫ਼ਰ ਰਹੂਗਾ, ਠੀਕ ਆ। ਅਤੇ ਸ਼ੇਅਰ ਕਰਦੇ ਰਿਹਾ ਕਰੋ, ਬਹੁਤ ਗਰਮੀ ਆ ਬਾਈ, ਬਹੁਤ ਗਰਮੀ ਆ। ਅਤੇ ਇਹ ਆਪਾਂ ਇੱਥੇ ਔਡਰ ਕਰ ਲਿਆ ਜੀ, 2 ਰੋਟੀਆਂ ਨੇ ਤੰਦੂਰ ਵਾਲੀਆਂ, ਦਾਲ ਤੜਕਾ ਅਤੇ ਨਾਲ ਥੋੜ੍ਹਾ ਜਿਹਾ ਪਿਆਜ਼ ਸਲਾਦ ਜੋ ਵੀ ਆ, 2 ਹੀ ਰੋਟੀਆਂ ਖਾਵਾਂਗੇ, ਵੱਧ ਨਹੀਂ ਖਾਂਦੇ, ਮੁੜ ਕੇ ਫਿਰ ਨੀਂਦ ਆਉਣ ਲੱਗ ਜਾਣੀ। ਲਓ ਜੀ, ਲਗਭਗ 1.25 ਘੰਟਾ ਮੈਂ ਢਾਬੇ 'ਤੇ ਬੈਠਾ ਰਿਹਾ, ਅਤੇ ਹੁਣ ਮਾੜਾ ਜਿਹਾ ਦਿਲ ਢਲਣ 'ਤੇ ਗੱਲ ਆ ਗਈ, ਅਤੇ 3 ਕੁ ਵਜੇ ਚੱਲੇ ਹਾਂ, ਅਤੇ 3 ਵਜੇ ਤੋਂ ਬਾਅਦ ਹੁਣ ਗਰਮੀ ਘੱਟਦੀ ਜਾਣੀ ਹੈ, ਅਤੇ ਠੰਡੀ ਠੰਡੀ ਹਵਾ ਲੱਗਣੀ ਸ਼ੁਰੂ ਹੋ ਜੂਗੀ। ਅਤੇ ਹੁਣ ਆਪਾਂ ਦੁਪਹਿਰਾ ਇੱਥੇ ਲਗਭਗ 1.5 ਘੰਟਾ ਕੱਢ ਲਿਆ, ਹੁਣ ਦੇਖਦੇ ਹਾਂ ਕਿੱਥੇ ਕੁ ਤੱਕ ਪਹੁੰਚਦੇ ਹਾਂ, ਜੇ ਦਾ ਪੇਚ ਜਿਹਾ ਲੱਗਿਆ ਨਹੀਂ ਪਤਾ ਗੋਰਖਪੁਰ ਨੂੰ ਖਿੱਚ ਦਈਏ ਫਿਰ। ਫਿਲਹਾਲ ਗੋਰਖਪੁਰ ਹਜੇ ਇੱਥੋਂ 7 ਘੰਟਿਆਂ ਦਾ ਰਾਹ, ਦਰਭੰਗਾ 34 ਕਿਲੋਮੀਟਰ, ਗੋਪਾਲਗੰਜ 231 ਕਿਲੋਮੀਟਰ। ਆਪਾਂ ਜਾਣਾ ਇੱਥੋਂ ਸੱਜੇ ਪਾਸੇ ਨੂੰ, ਬਿਹਾਰ 'ਚੋਂ ਬਾਹਰ ਨਿਕਲਣਾ। ਜਿਹੜਾ ਤੜਕੇ ਤੇਲ ਭਰਾਇਆ ਸੀ, ਟੈਂਕੀ ਫੁੱਲ ਕਰਾਈ ਸੀ, ਉਹ ਖਤਮ ਹੋ ਗਿਆ ਤੇਲ, ਅਤੇ ਹੁਣ ਆਪਾਂ ਨੂੰ ਦੁਬਾਰੇ ਭਰਾਉਣਾ ਪੈਣਾ। ਕਿੱਥੇ ਪੰਪ? ਉਹ ਆ ਸਾਹਮਣੇ ਇੰਡੀਅਨ ਆਇਲ ਦਾ, ਜੇ ਇੱਥੇ ਭੀੜ ਜੀ ਹੋਈ ਫਿਰ ਰਹਿਣ ਦਾਂਗੇ, ਇਹਦਾ ਬੰਦ ਪਿਆ ਯਾਰ, ਪੰਪ ਵਾਲੀ ਥਾਂ ਇਹਦਾ ਢਾਬੇ ਖੁੱਲ੍ਹੇ ਨੇ, ਬੰਦ ਹੋ ਗਿਆ। ਚੱਲ ਹਜੇ ਤਾਂ ਚੱਲ ਜੂਗਾ 50 ਕਿਲੋਮੀਟਰ ਦੇ ਨੇੜੇ ਤੇੜੇ, ਦੁਬਾਰੇ ਤੇਲ ਭਰਾ ਲਾਂਗੇ, ਵੱਡਾ ਹਾਈਵੇ ਆ, ਆਈ ਜਾਂਦੇ ਨੇ ਪੈਟਰੋਲ ਪੰਪ ਤਾਂ। ਲਓ ਜੀ,
ਦੂਜੀ ਟੈਂਕੀ ਤੇਲ ਦੀ ਇੱਕ ਤਾਂ ਲੱਗ ਗਈ ਸਾਰੀ, ਪੈਟਰੋਲ ਪੈਟਰੋਲ ਫੁੱਲ ਕਰ ਦਿਓ। ਗੋਰਖਪੁਰ ਰਹਿ ਗਿਆ 155 ਕਿਲੋਮੀਟਰ, ਲਖਨਊ 425, ਆਪਾਂ ਗੋਰਖਪੁਰ ਪਹੁੰਚ ਜਾਂਗੇ 155 ਤੇ। ਟਾਈਮ ਦੀ ਗੱਲ ਕਰੀਏ 8:30 ਹੋ ਗਏ, ਬੰਗਾਲ ਵਾਲੇ ਮੁੰਡਿਆਂ ਦਾ ਫੋਨ ਆਇਆ ਸੀ, ਕਹਿੰਦੇ ਬਈ ਸਾਡਾ ਵੀ ਮੋਟਰਸਾਈਕਲ ਕਹਿੰਦਾ ਪੈਂਚਰ ਹੋ ਗਿਆ ਸੀ, ਬੰਗਾਲ ਵਾਲੇ ਮੁੰਡਿਆਂ ਦਾ ਜਿਹੜੇ ਆਪਣੇ ਨਾਲ ਘੁੰਮ ਰਹੇ ਸੀ ਪਿਛਲੇ 3-4 ਦਿਨਾਂ ਤੋਂ, ਅਤੇ ਉਹਨਾਂ ਦਾ ਵੀ ਸਫ਼ਰ ਅੱਜ ਹੈਗਾ ਸੀ ਘੱਟੋ ਘੱਟ 550-550 ਕਿਲੋਮੀਟਰ ਦੇ ਨੇੜੇ ਤੇੜੇ, ਅਤੇ ਉਹ ਮੋਟਰਸਾਈਕਲ ਚਲਾਉਂਦੇ ਵੀ ਥੋੜ੍ਹਾ ਜਿਹਾ ਹੌਲੀ ਸੀ ਕਿਉਂਕਿ ਉਹਨਾਂ ਦੇ ਮੋਟਰਸਾਈਕਲ ਦਾ ਸ਼ੌਕਰ ਟੁੱਟਿਆ ਹੋਇਆ ਸੀ। ਉਹ ਵੀ ਮਤਲਬ 10-11 ਵਜੇ ਦੇ ਨੇੜੇ ਤੇੜੇ ਪਹੁੰਚਣਗੇ ਆਪਣੇ ਬਰਾਬਰ ਜਿਹੀ, ਆਪਾਂ ਨੂੰ ਤਾਂ ਮਤਲਬ 12-12 ਵੱਜ ਜਾਣਗੇ ਜਾਂਦੇ ਜਾਂਦੇ, ਕਿਉਂਕਿ ਹਜੇ ਆਪਾਂ ਪ੍ਰਸ਼ਾਦਾ ਵੀ ਛਕਣਾ, ਜੇ ਹੁਣ ਪ੍ਰਸ਼ਾਦਾ ਨਾ ਛਕਿਆ ਫਿਰ ਬਾਅਦ 'ਚ ਮਿਲਣਾ ਨਹੀਂ ਕਿਤੇ, ਆਹ ਹਾਈਵੇ 'ਤੇ ਤਾਂ ਮਿਲ ਜੂਗਾ, ਗੋਰਖਪੁਰ ਸ਼ਹਿਰ 'ਚ ਨਹੀਂ ਮਿਲਣਾ। ਨਾਲੇ ਜੇ ਜਿੰਨਾ ਚਿਰ ਪ੍ਰਸ਼ਾਦਾ ਛਕਦੇ ਉਹਨਾਂ 'ਚ ਟ੍ਰੈਫਿਕ ਹੋਰ ਘੱਟ ਜੂਗੀ, ਵੱਡਾ ਹਾਈਵੇ ਨਾ, ਟਰੱਕ ਵਾਲੇ ਚੱਲ ਰਹੇ ਨੇ ਅਤੇ ਮਾੜੀਆਂ ਮੋਟੀਆਂ ਜਿਹੜੀਆਂ ਦੂਜੀਆਂ ਕਾਰਾਂ ਨੇ ਉਹ ਘੱਟ ਜਾਣਗੀਆਂ, ਟਰੱਕ ਟਰੁੱਕ ਤਾਂ ਚੱਲੀ ਜਾਣਗੇ। ਟਾਈਮ ਦੀ ਗੱਲ ਕਰੀਏ, ਟਾਈਮ ਹੋ ਗਿਆ ਜੀ 9:20, ਅਤੇ ਕੁਛ ਖਾ ਪੀ ਲਈਏ ਇੱਥੇ, ਪ੍ਰਸ਼ਾਦਾ ਛਕ ਲਈਏ, ਨਾਲੇ ਹੋਟਲ ਹਾਟਲ ਦਾ ਦੇਖ ਲਈਏ ਕਿਤੇ ਅਗਲੇ ਕਹਿਣ ਵੀ ਸਾਡੇ ਕੋਲ ਤਾਂ ਹੋਟਲ, ਰਾਤ ਨੂੰ 12 ਵਜੇ ਅਸੀਂ ਵਾੜਦੇ ਨਹੀਂ ਕਿਸੇ ਨੂੰ, ਫਿਰ ਔਖੇ ਹੋਈਏ। ਇੱਥੇ ਰੈਸਟੋਰੈਂਟ ਐਵਨ ਢਾਬਾ, ਪ੍ਰਸ਼ਾਦਾ ਆਪਾਂ ਔਡਰ ਦੇ ਤਾ, 9:30 ਦਾ ਟਾਈਮ ਹੋ ਗਿਆ, ਅਤੇ ਇੱਥੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਚਾਹ ਪੀ ਕੇ ਫਿਰ 10 ਵਜੇ ਚੱਲਾਂਗੇ, 10 ਵਜੇ ਤੋਂ ਲੈ ਕੇ 12 ਵਜੇ ਤੱਕ ਆਪਾਂ 12 ਵਜੇ ਤੱਕ ਗੋਰਖਪੁਰ ਪਹੁੰਚਾਂਗੇ। ਅਤੇ ਹੋਟਲ ਮੈਂ ਬੁੱਕ ਕਰ ਰਿਹਾ, 1100-1100 ਰੁਪਏ ਦਾ ਕਮਰਾ ਮਿਲ ਰਿਹਾ, 2 ਦਿਨ ਰਹਿਣਾ ਪਊਗਾ ਕਿਉਂਕਿ 1 ਦਿਨ ਤਾਂ ਜਾ ਕੇ ਰੈਸਟ ਹੀ ਕਰਾਂਗੇ, ਹੈ ਨਾ, ਅਤੇ ਅਗਲੇ ਦਿਨ ਗੋਰਖਪੁਰ ਵੀ ਘੁੰਮਾਂਗੇ ਆਪਾਂ, ਅਤੇ ਤਾਂ ਕਰਕੇ ਫਿਰ ਮੈਂ ਇੱਥੋਂ ਹੁਣ ਸਿੱਧਾ ਗੋਰਖਪੁਰ ਪਹੁੰਚਣਾ, ਕਿਉਂਕਿ ਜੇ ਮੈਂ ਰੁਕਣਾ ਹੁੰਦਾ ਤਾਂ ਇੱਥੇ ਵੀ ਰੁਕ ਜਾਂਦਾ, ਤੜਕੇ ਫਿਰ ਸਮਾਨ ਪੈਕ ਕਰਾਂਗੇ, ਇਕੱਠੇ ਕਰਾਂਗੇ, ਹੈ ਨਾ, ਤੜਕੇ ਫਿਰ ਸਨੇਹਾ ਉੱਠਣਾ ਪਊਗਾ, ਫਿਰ ਜਾਂਦੇ ਜਾਂਦੇ ਦਿਨ ਅੱਧਾ ਭੰਨਿਆ ਜਾਊਗਾ। ਹੁਣ ਤਾਂ ਰਾਤ ਦਾ ਸਫ਼ਰ ਆ, ਠੰਡ ਵੀ ਆ, ਦਿਨੇ ਗਰਮੀ ਚਲਾਉਣ ਦੀ ਬਜਾਏ ਸ਼ਾਮ ਨੂੰ ਠੀਕ ਜਿਹਾ ਹੋ ਗਿਆ ਮੌਸਮ, ਅਤੇ ਹੁਣ ਚਲਾ ਕੇ ਪਹੁੰਚ ਜਾਂਗੇ। ਵੱਡਾ ਰੋਡ ਆ, ਦੇਖ ਲਓ ਤੁਸੀਂ, ਟਰੱਕ ਟਰੁੱਕ ਚੱਲੀ ਜਾਂਦੇ ਨੇ, ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਸੇਫ ਹੀ ਆ। ਨੈਸ਼ਨਲ ਹਾਈਵੇ 27 ਦੇ ਉੱਤੇ ਆਪਾਂ ਆਏ ਹਾਂ, ਅਤੇ ਘੱਟੋ ਘੱਟ 400-450 ਕਿਲੋਮੀਟਰ ਆਪਾਂ ਨੈਸ਼ਨਲ ਹਾਈਵੇ 27 'ਤੇ ਹੀ ਚਲਾਇਆ ਮੋਟਰਸਾਈਕਲ। ਅਤੇ ਟਾਈਮ ਹੋ ਗਿਆ ਜੀ 10:15, ਹੋਟਲ ਆਪਾਂ ਬੁੱਕ ਕਰ ਲਿਆ, ਅਤੇ ਕਾਹਲੀ ਕਾਹਲੀ 'ਚ ਪਤਾ ਨਹੀਂ ਲੱਗਿਆ, ਅੱਜ ਦੀ ਡੇਟ ਦਾ ਕਰਨਾ ਸੀ, ਕੱਲ੍ਹ ਦੀ ਡੇਟ ਦਾ ਕਰਕੇ ਬਹਿ ਗਏ, ਅਤੇ ਵੈਸੇ ਵੀ ਚਲੋ ਆਪਾਂ ਇੱਥੇ 2 ਦਿਨ ਰੁਕਣਾ ਹੀ ਸੀ, ਅੱਜ ਦਾ ਸਾਰਾ ਦਿਨ ਜਿਹੜੇ ਹਿਸਾਬ ਨਾਲ ਰਾਤ ਨੂੰ ਪਹੁੰਚਾਂਗੇ, ਹੈ ਨਾ, ਸਵੇਰ ਤੱਕ ਨੀਂਦ ਵੀ ਨਹੀਂ ਪੂਰੀ ਹੋਣੀ, ਵੀਡੀਓ ਵੀ ਐਡਿਟ ਕਰਨੀ ਆ, ਅਤੇ ਕੱਲ੍ਹ ਨੂੰ ਆਪਾਂ ਗੋਰਖਪੁਰ ਘੁੰਮਣਾ ਵੀ ਆ, ਤਾਂ ਕਰਕੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਈ ਜੀ ਅੱਜ ਵੀ ਬੁੱਕ ਕਰ ਲੈਂਦੇ, ਕੱਲ੍ਹ ਵਾਸਤੇ ਵੀ ਬੁੱਕ ਕਰ ਲੈਂਦੇ, 1000 ਰੁਪਈਆਂ ਦਾ ਕਮਰਾ ਸੀ, ਲੱਗਦਾ ਕਿਸੇ ਪਾਸਿਓ ਵੀ 12:30 ਦਾ ਟਾਈਮ ਹੋ ਗਿਆ। ਵੈਲਕਮ ਟੂ ਗੋਰਖਪੁਰ। ਵੱਡਾ ਸ਼ਹਿਰ ਹੈ ਇਹਦੇ ਹਿਸਾਬ ਨਾਲ ਤਾਂ ਫਿਰ ਗੋਰਖਪੁਰ, ਅਸਲ 'ਚ ਗੱਲ ਪਤਾ ਕੀ ਆ, ਜਿਨ੍ਹਾਂ ਨੇ ਨੇਪਾਲ ਨੇਪੂਲ ਜਾਣਾ ਹੁੰਦਾ ਨਾ, ਉਹ ਜ਼ਿਆਦਾ ਗੋਰਖਪੁਰ ਸਟੇਅ ਕਰਦੇ ਨੇ, ਇੱਥੋਂ ਫਿਰ ਸੋਨਾਲੀ ਬਾਰਡਰ ਹੋ ਕੇ ਨੇਪਾਲ 'ਚ ਜਾਂਦੇ ਨੇ। ਲਓ ਜੀ, ਗੋਰਖਪੁਰ ਸ਼ਹਿਰ ਦੇ ਵਿੱਚ ਪਹੁੰਚ ਗਏ ਹਾਂ, ਅਤੇ ਉਹ ਹੋਟਲ ਯਾਰ ਮੈਂ ਕੈਂਸਲ ਕਰਤਾ ਜਿਹੜਾ ਮੈਂ ਔਨਲਾਈਨ ਬੁੱਕ ਕੀਤਾ ਸੀ,
ਉਹ ਬਾਈ ਨਾਲ ਗੱਲ ਹੋਈ, ਉਹ ਕਹਿੰਦਾ ਸਾਡਾ ਆਨਲਾਈਨ ਰੇਟ ਐਵੇਂ ਨਹੀਂ ਹੈਗਾ, ਅਸੀਂ ਤਾਂ ਇੰਨੇ ਦਾ ਕਮਰਾ ਦਿੰਦੇ ਹਾਂ, ਐਂ ਕਰਦੇ ਹਾਂ, ਉਹ ਕਰਦੇ ਹਾਂ। ਪੇਮੈਂਟ ਚੱਲ ਮੈਂ ਕਰਤੀ ਸੀ ਪਹਿਲਾਂ, ਫਿਰ ਹੀ ਮੈਂ ਕੈਂਸਲ ਕਰਤਾ ਉਹ, ਅਤੇ ਉਹਦਾ ਰਿਫੰਡ ਆਜੂਗਾ ਆਪਣੇ ਆਪ 3-4 ਦਿਨਾਂ ਤੱਕ ਆਪਣੇ ਬੈਂਕ ਅਕਾਊਂਟ ਦੇ ਵਿੱਚ। ਮੈਂ ਕਿਹੜਾ ਯਾਰ, ਰਾਤ ਨੂੰ ਅੰਮ੍ਰਿਤ ਵੇਲੇ 1 ਵਜਣ ਵਾਲਾ ਹੋਇਆ ਪਿਆ, ਉਹਦੇ ਨਾਲ ਬਹਿਸਾਂਗੇ ਜਾ ਕੇ, ਕੋਈ ਨਾ ਹੋਰ ਲੱਭ ਲੈਂਦੇ ਹਾਂ। ਸ਼ਹਿਰ ਪਤਾ ਨਹੀਂ ਕਿਵੇਂ ਜਾਗਦਾ ਹੀ ਆ, ਸਾਰਾ ਕੁਲਫੀਆਂ ਕਲਫੀਆਂ ਵਾਲੀਆਂ ਰੇਹੜੀਆਂ ਵੀ ਖੜੀਆਂ ਨੇ। ਆਹ ਬਾਈ ਕੋਲ ਫਲੂਦਾ ਖਾਂਦੇ ਹਾਂ, ਅਤੇ ਨਾਲੇ ਹੋਟਲ ਦਾ ਦੇਖਦੇ ਹਾਂ ਕੀ ਮਾਹੌਲ ਆ। ਕਿਆ ਕਿਤਨੇ ਕਾ ਬਦਾਮ ਸ਼ੇਕ ਔਰ ਫਲੂਦਾ? ਇੱਕ ਫਲੂਦਾ ਲਗਾ ਦੋ 60 ਵਾਲਾ। ਯਹਾਂ ਪੇ ਹੋਟਲ ਹੈ ਨਜ਼ਦੀਕ ਯਾਰ ਕੋਈ ਰੁਕਨੇ ਕੇ ਲੀਏ? ਹੋਟਲ ਵਗੈਰਾ ਕਹਾਂ ਪਿਆ? ਕਹਾਂ ਸੀ ਆਪ? ਬਿਲਵਾੜਾ? ਲੋਹੀ ਸਾਹਿਬ, ਲਗਭਗ 12:30 ਵਜੇ ਦਾ ਟਾਈਮ ਹੋ ਗਿਆ, ਗੋਰਖਪੁਰ ਆਪਾਂ ਪਹੁੰਚੇ ਹਾਂ, ਅਤੇ ਬਾਈ ਹੋਲ ਜਿਹਦੇ ਕੋਲ ਆਪਾਂ ਫਲੂਦਾ ਖਾਣ ਲੱਗੇ ਸੀ, ਬਾਈ ਇਹ ਕਹਿੰਦਾ ਮੈਂ ਤੁਹਾਡੇ ਪਿੰਡ ਸੁਨਾਮ ਹੀ ਰਹਿ ਕੇ ਆਇਆ ਹੋਇਆ, ਅਤੇ ਫਿਰ ਜਿੰਨੇ ਦਾ ਬਾਈ ਨੇ ਫਲੂਦਾ ਮੈਨੂੰ ਕਿਹਾ ਸੀ ਉਦੋਂ 10 ਰੁਪਈਏ ਬਾਈ ਕਹਿੰਦਾ ਘੱਟ ਦੇਵੇ, ਅਤੇ ਸੁਨਾਮ ਬਾਰੇ ਸਾਡੇ ਸ਼ਹਿਰ ਬਾਰੇ ਇਕੱਲੀ ਇਕੱਲੀ ਜਗ੍ਹਾ ਬਾਰੇ ਜਾਣਦਾ ਸੀ ਇਹ, ਅਤੇ 15 ਮਿੰਟ ਬਾਈ ਕੋਲ ਖੜ੍ਹਾ ਰਿਹਾ। ਫਿਰ ਮੈਂ ਹੁਣ ਦੇਖ ਲਓ ਕਿੱਥੇ ਹੈ ਨਾ ਸਵੱਬ ਭਿੜਦੇ ਨੇ, ਬਾਈ ਨਾਲ ਵੀ ਗੱਲ ਹੋ ਗਈ, ਬਾਈ ਕਹਿੰਦਾ ਕਿੱਥੋਂ? ਮੈਂ ਕਿਹਾ ਸੰਗਰੂਰ ਤੋਂ। ਕਹਿੰਦਾ ਮੈਂ ਸੁਨਾਮ ਰਹਿ ਕੇ ਆਇਆ, ਅਤੇ ਸੁਨਾਮ ਦਾ ਹੀ ਮੈਂ ਸੀ। ਹੁਣ ਇੱਥੋਂ ਹੋਟਲ ਆਪਾਂ ਬੁੱਕ ਕਰ ਲਿਆ, ਅਤੇ ਹੋਟਲ ਦੇ ਵਿੱਚ ਚੱਲਦੇ ਹਾਂ। ਇੱਥੋਂ 1-1.5 ਕਿਲੋਮੀਟਰ ਦੇ ਨੇੜੇ ਤੇੜੇ ਆਪਣਾ ਹੋਟਲ ਹੈਗਾ ਫਿਲਹਾਲ। ਸੁਨਾਮ ਵਾਲੇ ਬਾਈ ਨਾਲ ਤੁਹਾਡੀ ਗੱਲ ਕਰਾਉਣੀ ਸੀ, ਅਤੇ ਬਾਈ ਕੋਲ ਗਾਹਕ ਆ ਗਏ ਫਿਰ, ਅਤੇ ਜਿੱਥੇ ਆਪਣਾ ਘਰ ਆ ਉੱਥੇ ITI ਚੌਂਕ ਪੈਂਦਾ, ਇੱਕ ITI ਆ ਉੱਥੇ, ਅਤੇ ਉੱਥੇ ਰੇਹੜੀਆਂ ਲੱਗਦੀਆਂ ਨੇ ਫਲੂਦੇ ਵਾਲੀਆਂ। ਬਾਈ ਕਹਿੰਦਾ ਉੱਥੇ ਮੈਂ 2-2.5 ਸਾਲ ਰੇਹੜੀ ਲਾਈ ਆ। ਇਹ ਆ ਜੀ ਆਪਣਾ ਹੋਟਲ, ਬਾਈ ਨਾਲ ਫੋਨ 'ਤੇ ਗੱਲ ਕੀਤੀ ਆ, ਦੇਖਦੇ ਹਾਂ ਕਿਹਦੇ ਨਾਲ ਹੋਈ ਆ ਗੱਲ। ਰਿਸੈਪਸ਼ਨ ਅਤੇ ਇਹ ਆਪਣਾ ਕਮਰਾ ਜੀ, ਅੱਜ ਰਾਤ ਦੇ ਲਈ। ਰਾਤ ਤਾਂ ਕਾਹਦੀ ਆ, ਦਿਨ ਚੜ ਗਿਆ, 2:15 ਦਾ ਟਾਈਮ ਹੋ ਗਿਆ, ਅਤੇ ਹੁਣ ਕਰਦੇ ਹਾਂ ਰੈਸਟ, ਅਤੇ ਬਾਕੀ ਇਸੇ ਵਲੋਗ ਨੂੰ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕੰਟੀਨਿਊ ਕਰਾਂਗੇ। AC ਵਾਸਤੇ ਬਾਈ ਨੂੰ ਕਹਿਤਾ, ਮੈਂ ਕਿਹਾ AC ਛੱਡ ਦੇ ਯਾਰ, ਗਰਮੀ ਬਹੁਤ ਆ, ਅਤੇ ਬਾਈ ਕਹਿੰਦਾ ਚੱਲ 5-4 ਘੰਟੇ ਵਾਸਤੇ AC ਛੱਡ ਦਿੰਦੇ। ਮੈਂ ਕਿਹਾ ਚੱਲ 5-4 ਘੰਟੇ ਬਹੁਤ ਆ, ਕਮਰਾ ਠੰਡਾ ਹੋ ਜੂਗਾ। ਇਹ ਜਦੋਂ ਔਨਲਾਈਨ ਬੁੱਕ ਕਰਦੇ ਆ ਨਾ ਕੋਈ ਵੀ ਕਮਰਾ, ਤੁਸੀਂ ਤੁਹਾਨੂੰ ਇਹ non AC ਵੀ ਦੇਣਗੇ, ਅਤੇ ਜਿੰਨੀ ਪੇਮੈਂਟ ਤੁਸੀਂ ਪੇ ਕੀਤੀ ਹੋਊਗੀ ਉਹਦਾ ਫਿਰ ਐਕਸਟਰਾ ਮੰਗ ਕੇ ਫਿਰ ਤੁਹਾਨੂੰ ਕਹਿਣਗੇ ਵੀ AC ਦੇਵਾਂਗੇ। ਅਤੇ ਹੁਣੇ ਹੁਣੇ ਪੁਲਿਸ ਵਾਲਿਆਂ ਨੇ ਕਿਹਾ ਸੀ ਵੀ ਅੰਦਰ ਵੀਡੀਓ ਬਣਾਉਣੀ ਅਲਾਊਡ ਨਹੀਂ ਹੈਗੀ, ਅਤੇ ਜਿਹੜੀ ਵੀਡੀਓ ਮੈਂ ਬਣਵਾਈ ਸੀ ਜਾਂ ਬਣਾਈ ਸੀ ਆਪ ਉਹ ਡਿਲੀਟ ਕਰਤੀ ਸੀ। ਅਤੇ ਜਿੰਨੀ ਕਿ ਮੈਂ ਵੀਡੀਓ ਬਣਾ ਰਿਹਾ ਲੁੱਕ ਛਿਪ ਕੇ ਬਣਾ ਰਿਹਾ, ਕਿਉਂਕਿ ਪੁਲਿਸ ਬਹੁਤ ਜ਼ਿਆਦਾ ਲੱਗੀ ਹੋਈ ਆ, 2-2, 3-3 ਵਾਰੀ ਤੁਹਾਡੀ ਚੈਕਿੰਗ ਹੁੰਦੀ ਆ ਫਿਰ ਤੁਹਾਨੂੰ ਅੰਦਰ ਜਾਣ ਦਿੰਦੇ ਨੇ। ਅਤੇ ਜੇ ਕਿਸੇ ਦੇ ਹੱਥ 'ਚ ਫੋਨ ਹੈਗਾ, ਕੈਮਰਾ ਕੁਮਰਾ ਖੋਲਿਆ ਬੈਠਾ, ਤਾਂ ਉਹਨੂੰ ਪਹਿਲੀ ਕਹਿ ਕੂ ਦਿੰਦੇ ਨੇ। ਗੁਰੂ ਗੋਰਖਨਾਥ ਦੇ ਨਾਮ ਦੇ ਉੱਤੇ ਇਹ ਮੰਦਿਰ ਬਣਿਆ ਹੋਇਆ, ਅਤੇ ਇਹ ਸਥਾਨ ਆ ਜਿਹੜਾ ਕਿਹਾ ਜਾਂਦਾ ਕਿ 3-3 ਯੁੱਗ ਵੇਲੇ ਦਾ, ਅਤੇ ਇੱਥੋਂ ਦੇ ਜਿਹੜੇ ਮੇਨ ਮਹੰਤ ਨੇ ਉਹ ਜਿਹੜੇ ਉੱਤਰ ਪ੍ਰਦੇਸ਼ ਦੇ ਭਾਈ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਕਹਿੰਦੇ ਉਹ ਨੇ ਭਾਈ ਇੱਥੋਂ ਦੇ ਮੇਨ ਮਹੰਤ। ਪਹਿਲੀ ਵਾਰੀ ਮੈਨੂੰ ਨਵੀਂ ਚੀਜ਼ ਪਤਾ ਲੱਗੀ ਆ। ਇੱਧਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਵਿਚਾਲੇ, ਇੱਕ ਛੋਟਾ ਮੰਦਿਰ ਬਣਿਆ ਹੋਇਆ, ਉੱਪਰ ਝੰਡਾ ਝੂਲ ਰਿਹਾ ਹੈ ਨਾ, ਅਤੇ ਇਹਦੇ ਅੰਦਰ ਵੀ ਇੱਕ ਕਹਿੰਦੇ ਜੋਤ ਚੱਲਦੀ ਆ, ਅਤੇ ਉਹ 12 ਮਹੀਨੇ 30 ਦਿਨ ਚੱਲਦੀ ਰਹਿੰਦੀ ਆ। ਅਤੇ ਜਿਹੜਾ ਇੱਧਰਲੇ ਪਾਸੇ ਆ ਵਿਚਾਲੇ ਮੰਦਿਰ ਬਣਿਆ ਹੋਇਆ, ਇਹ ਹੈਗਾ ਜੀ ਹਨੂੰਮਾਨ ਜੀ ਦਾ,
ਤੇ ਇੱਕ ਮੰਦਿਰ ਦੀ ਬਿਲਡਿੰਗ ਇਧਰਲੇ ਪਾਸੇ ਹੀ ਬਣੀ ਹੋਈ ਹੈ, ਕਾਫੀ ਵੱਡਾ ਮੰਦਿਰ ਬਣਿਆ ਹੋਇਆ ਹੈ। ਤੇ ਹੁਣੇ ਹੁਣੇ ਆਪਾਂ ਇਸ ਮੰਦਿਰ ਦੇ ਵਿੱਚ ਜਾ ਕੇ ਆਏ ਆ। ਇੱਥੇ ਅਲੱਗ ਅਲੱਗ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ, ਰਾਮਚੰਦਰ ਜੀ, ਲਕਸ਼ਮਣ ਜੀ ਤੇ ਕ੍ਰਿਸ਼ਨ ਭਗਵਾਨ ਦੀਆਂ ਮੂਰਤੀਆਂ ਤੇ ਹੋਰ 7-8 ਦੇਵੀ ਦੇਵਤਿਆਂ ਦੀਆਂ ਇਹਦੇ ਵਿੱਚ ਮੂਰਤੀਆਂ ਲੱਗੀਆਂ ਹੋਈਆਂ ਨੇ। ਤੇ ਟੋਟਲ ਏਰੀਆ ਇਸ ਮੰਦਿਰ ਦਾ 52 ਏਕੜ ਦੇ ਨੇੜੇ ਤੇੜੇ ਆ। ਕਮਰਾ ਹੋਰ ਬਣਿਆ ਹੋਇਆ ਸੀ, ਉਹਦੇ ਅੰਦਰ ਜਿੰਨੇ ਵੀ ਮਤਲਬ ਗੋਰਖਨਾਥ ਤੋਂ ਬਾਅਦ ਉਹਨਾਂ ਦੇ ਫੋਲੋਅਰ ਹੋਏ ਨੇ, ਹਨਾ, ਉਹਨਾਂ ਰਿਸ਼ੀ ਮੁਨੀਆਂ ਦੀਆਂ ਇੱਥੇ ਮੂਰਤੀਆਂ ਬਣਾਈਆਂ ਹੋਈਆਂ ਨੇ ਤੇ ਥੱਲੇ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ। ਬਹੁਤ ਪਿੱਛੇ ਤੱਕ ਨੇ, ਨਾ ਨਾ ਕਰਦੇ 50 ਮੂਰਤੀਆਂ ਲੱਗੀਆਂ ਹੋਣਗੀਆਂ ਇੱਥੇ, ਬਾਕੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਲੱਗੀਆਂ ਨੇ ਵਿੱਚ। ਇੱਧਰਲੇ ਪਾਸੇ ਆ ਜੀ ਉਹ ਜੋਤ ਵਾਲਾ ਕਮਰਾ ਜਿਹੜਾ ਮੈਂ ਕਹਿੰਦਾ ਸੀ, ਕਹਿੰਦੇ ਇਹ ਸਾਲੋਂ ਸਾਲ ਚੱਲਦੀ ਰਹਿੰਦੀ ਆ ਤੇ ਧੂਣਾ ਜਿਵੇਂ ਲੱਗਿਆ ਹੁੰਦਾ ਨਾ ਉਵੇਂ ਦਾ, ਆਹ ਦੇਖੋ ਹਨਾ। ਗੋਰਖਨਾਥ ਦੇ ਟਿੱਲਿਆਂ ਬਾਰੇ ਤੁਸੀਂ ਸੁਣਿਆ ਹੋਣਾ ਤੇ ਤਰਸ਼ੂਲ ਹੀ ਤਰਸ਼ੂਲ ਲੱਗੇ ਹੋਏ ਨੇ। ਇਹ ਵੀ ਕਿਹਾ ਜਾਂਦਾ ਨਾਲ ਨਾਲ ਕਿ ਗੋਰਖਨਾਥ ਜੀ ਸ਼ਿਵਜੀ ਭਗਵਾਨ ਦਾ ਇੱਕ ਰੂਪ ਸੀ ਤੇ ਇਹਨਾਂ ਦਾ ਇਤਿਹਾਸ ਆ ਜਿਹੜਾ, ਕਹਿੰਦੇ ਜਵਾਲਾ ਜੀ ਮਾਤਾ ਕਾਂਗੜੇ ਦੇ ਵਿੱਚ ਆ, ਸ਼ਾਇਦ ਮੈਂ ਕਦੇ ਗਿਆ ਨਹੀਂ ਉੱਧਰ, ਤੇ ਉਹਦੇ ਨਾਲ ਵੀ ਇਹਨਾਂ ਦਾ ਇਤਿਹਾਸ ਜੁੜਦਾ ਕਿਉਂਕਿ ਇੱਕ ਵਾਰੀ ਕਹਿੰਦੇ ਗੋਰਖਨਾਥ ਜੀ ਨੂੰ ਭੁੱਖ ਲੱਗੀ ਸੀ ਤੇ ਉਸ ਟਾਈਮ ਉਹ ਕਿਹਾ ਜਾਂਦਾ ਕਿ ਕਾਂਗੜੇ ਦੇ ਵਿੱਚ ਸੀ, ਹਿਮਾਚਲ ਪ੍ਰਦੇਸ਼ ਦੇ ਵਿੱਚ, ਜਦੋਂ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ ਤਾਂ ਜਵਾਲਾ ਜੀ ਵਾਲੀ ਥਾਂ ਦੇ ਉੱਤੇ ਉਹਨਾਂ ਨੇ ਕਹਿੰਦੇ ਅੱਗ ਬਾਲਣ ਨੂੰ ਕਿਹਾ ਸੀ, ਕਹਿੰਦੇ ਵੀ ਤੁਸੀਂ ਅੱਗ ਬਾਲੋ, ਖਿਚੜੀ ਬਣਾਉਣੀ ਆ ਤੇ ਮੈਂ ਵਾਪਸ ਆਉਣਾ ਹੁਣੇ। ਤੇ ਉਹਨਾਂ ਨੇ ਕਹਿੰਦੇ ਉੱਥੇ ਜਵਾਲਾ ਜੀ ਦੇ ਵਿੱਚ ਅੱਗ ਬਾਲ ਲਈ ਸੀ ਉੱਥੋਂ ਭਗਤਾਂ ਨੇ, ਪਰ ਗੋਰਖਨਾਥ ਜੀ ਇੱਧਰਲੇ ਪਾਸੇ ਨੂੰ ਆ ਗਏ ਸੀ ਚੱਲ ਕੇ, ਗੋਰਖਨਾਥ, ਠੀਕ ਆ। ਤੇ ਉਸ ਤੋਂ ਬਾਅਦ ਕਹਿੰਦੇ ਉਹ ਅੱਗ ਉਦੋਂ ਦੀ ਐਵੇਂ ਹੀ ਚੱਲ ਰਹੀ ਆ ਜਵਾਲਾ ਜੀ ਦੇ ਵਿੱਚ ਤੇ ਗੋਰਖਨਾਥ ਜੀ ਦੀ ਵੇਟ ਕਰ ਰਹੇ ਨੇ। ਇਹ ਇਤਿਹਾਸ ਆ। ਵੈਸੇ ਮੈਂ ਜਵਾਲਾ ਜੀ ਕਦੇ ਗਿਆ ਨਹੀਂ ਤੇ ਨਾ ਮੈਨੂੰ ਉੱਥੋਂ ਦਾ ਇਤਿਹਾਸ ਪਤਾ ਤੇ ਨਾ ਮੈਂ ਕਦੇ ਦਰਸ਼ਨ ਕੀਤੇ ਨੇ। ਇਹ ਤਾਂ ਚਲੋ ਮੈਂ ਇੱਧਰ ਗੋਰਖਨਾਥ ਜੀ ਦੇ ਮੰਦਿਰ ਦੇ ਨੂੰ ਦੇਖਣ ਆਇਆ, ਇੱਥੇ ਦਰਸ਼ਨ ਕਰਨ ਆਇਆ ਸੀ ਤਾਂ ਮੈਨੂੰ ਉਹ ਗੱਲ ਦਾ ਪਤਾ ਲੱਗਿਆ ਫਿਰ ਇਤਿਹਾਸ ਬਾਰੇ। ਇੱਧਰਲੇ ਪਾਸੇ ਸਾਹਮਣੇ ਤੁਹਾਨੂੰ ਆਪਾਂ ਮੰਦਿਰ ਦੇ ਦਰਸ਼ਨ ਕਰਵਾਤੇ ਨੇ, ਕੈਮਰਾ ਵੀਡੀਓ ਦਾ ਇੱਥੇ ਬਾਹਰ ਵੀ ਨਹੀਂ ਅਲਾਊਡ ਹੈਗਾ, ਛੋਟੇ ਛੋਟੇ ਕਲਿੱਪ ਲੈਣੇ ਪੈਂਦੇ ਨੇ। ਵੈਸੇ ਲੋਕ ਦੂਜੇ ਤਰੀਕੇ ਨਾਲ ਵੀਡੀਓ ਤਾਂ ਬਣਾਈ ਜਾਂਦੇ ਨੇ ਪਰ ਵਲੌਗ ਜਿਹਦਾ ਥੋੜ੍ਹਾ ਜਿਹਾ ਔਖਾ ਕਰਦੇ ਨੇ। ਮੰਦਿਰ ਦੇ ਬਿਲਕੁਲ ਸਾਹਮਣੇ ਇੱਧਰਲੇ ਪਾਸੇ ਨਾ ਭੀਮ ਸੈਨ ਦੀ ਮੂਰਤੀ ਬਣਾਈ ਹੋਈ ਆ, ਆਰਾਮ ਕਰਦੇ ਦੀ, ਭੀਮ ਸੈਨ ਜਿਹੜਾ ਪਾਂਡਵ ਪੁੱਤਰ ਸੀ, ਆਹ ਦੇਖੋ, ਠੀਕ ਆ। ਇਹਦੇ ਪਿਛਲੇ ਪਾਸੇ ਉੱਧਰ ਇੱਕ ਸਰੋਵਰ ਬਣਿਆ ਹੋਇਆ। ਇੱਥੇ ਇਹਨਾਂ ਦੀ ਮੂਰਤੀ ਬਣਾਉਣ ਦਾ ਕਾਰਨ ਇਹ ਆ ਵੀ ਜਦੋਂ ਮਹਾਭਾਰਤ ਦਾ ਯੁੱਧ ਜਿੱਤਿਆ ਨਾ ਪਾਂਡਵਾਂ ਨੇ ਤਾਂ ਉਸ ਤੋਂ ਬਾਅਦ ਕਹਿੰਦੇ ਇਹ ਸਾਰਿਆਂ ਨੂੰ ਆਮੰਤ੍ਰਿਤ ਕਰਨ ਆਏ ਸੀ ਕੋਈ ਪ੍ਰੋਗਰਾਮ 'ਤੇ, ਠੀਕ ਹੈ। ਅਤੇ ਉਦੋਂ ਫਿਰ ਭੀਮ ਸੈਨ ਜਦੋਂ ਇੱਥੇ ਪਹੁੰਚੇ ਨੇ, ਕਹਿੰਦੇ ਗੋਰਖਨਾਥ ਜੀ ਭਗਤੀ ਦੇ ਵਿੱਚ ਲੀਨ ਸੀ ਤਾਂ ਸਾਹਮਣੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਲੇਕ ਵਾਂਗੂ ਬਣਾ ਰੱਖਿਆ ਉੱਥੇ ਸਰੋਵਰ ਹੁੰਦਾ ਸੀ ਅਤੇ ਉੱਥੇ ਹੀ ਇਹ ਨਹਾ ਕੇ ਵਿਸ਼ਰਾਮ ਕਰਦੇ ਹੁੰਦੇ ਸੀ। ਇੱਧਰਲੇ ਪਾਸੇ ਸੀ ਮੂਰਤੀ, ਮੂਰਤੀ ਦੇ ਸਾਹਮਣੇ ਬਿਲਕੁਲ ਸਰੋਵਰ ਸੀ, ਇੱਥੇ ਹੀ ਨਹਾ ਕੇ ਇਸ਼ਨਾਨ ਕਰਕੇ ਫਿਰ ਇਹ ਗੋਰਖਨਾਥ ਜੀ ਦੀ ਵੇਟ ਕਰਦੇ ਹੁੰਦੇ ਸੀ, ਤਾਂ ਕਰਕੇ ਅੱਜ ਦੀ ਡੇਟ ਦੇ ਵਿੱਚ ਇਸ ਝੀਲ ਨੂੰ ਜਾਂ ਸਰੋਵਰ ਨੂੰ ਭੀਮ ਸਰੋਵਰ ਕਿਹਾ ਜਾਂਦਾ। ਜਿਹੜੀ ਮੰਦਿਰ ਦੀ ਚਾਰ ਦੀਵਾਰੀ ਆ ਨਾ ਉਹਦੇ ਅੰਦਰ ਹੀ ਸਾਰਾ ਬਾਜ਼ਾਰ ਲੱਗਿਆ ਹੋਇਆ ਅਤੇ 52 ਏਕੜ ਖਾਸਾ ਹੁੰਦਾ ਹੈ ਨਾ, ਅਤੇ ਕਾਫੀ ਮੰਦਿਰ ਬਣੇ ਹੋਏ ਨੇ। ਬਸ ਜਿਵੇਂ ਆ ਪੁਲਿਸ ਖੜੀ ਆ ਨਾ ਇੱਥੇ ਵੱਡੇ ਲੈਵਲ 'ਤੇ ਸਖਤਾਈ ਆ ਇੱਥੇ। ਲਓ ਜੀ ਕਮਰੇ ਦੇ ਵਿੱਚ ਆ ਕੇ ਬਹਿ ਗਏ ਹਾਂ ਅਤੇ ਅੱਜ ਦਾ ਵਲੌਗ ਜਿਹੜਾ ਸੀ ਨਾ ਉਹ 2 ਦਿਨਾਂ ਨੂੰ ਮਿਲਾ ਕੇ ਇੱਕ ਵਲੌਗ ਬਣਾਇਆ ਹੋਇਆ ਸੀ। ਅਤੇ ਕੱਲ੍ਹ ਦਾ ਆਪਾਂ ਸਿੱਲੀਗੁੜੀ ਤੋਂ ਚੱਲ ਕੇ ਗੋਰਖਪੁਰ ਪਹੁੰਚੇ ਹਾਂ, ਸਾਰੀਆਂ ਸੜਕਾਂ ਸੀ ਅਤੇ ਇੰਨਾ ਕੁਝ ਦੱਸਣ ਬੋਲਣ ਨੂੰ ਹੈ ਨਹੀਂ ਸੀ। ਅਤੇ ਅੱਜ ਦੀ ਵੀਡੀਓ ਦੇ ਵਿੱਚ ਚਲੋ ਸਾਨੂੰ ਗੋਰਖਨਾਥ ਦਾ ਮੰਦਿਰ ਦਿਖਾਤਾ, ਜਿੱਥੇ ਕਿ ਜਿੰਨਾ ਕੈਮਰਾ ਅਲਾਊਡ ਸੀ ਉੱਨੀ ਕੁ ਆਪਾਂ ਵੀਡੀਓ ਬਣਾ ਲਈ ਸੀ। ਗੋਰਖਨਾਥ ਗੋਰਖਪੁਰ ਵੀ ਇੱਕ ਵੱਡਾ ਸ਼ਹਿਰ ਆ ਅਤੇ ਭੀੜ ਭੜੱਕਾ ਇੱਥੇ ਬਹੁਤ ਸੀ। ਮੈਂ ਇਕੱਲਾ ਫੋਨ ਲੈ ਗਿਆ ਨਾਲ, ਮੈਂ ਕਿਹਾ ਚੱਲ ਇੱਕ ਫੋਨ ਨਾਲ ਸਰ ਜੂਗਾ ਵੀਡੀਓ ਬਣਾ ਲਾਂਗੇ, ਪਰ ਗਰਮੀ ਇੰਨੀ ਜ਼ਿਆਦਾ ਸੀ ਵੀ ਫੋਨ ਦੀ ਬੈਟਰੀ, ਫੋਨ ਹੀਟ ਹੋ ਕੇ ਬੈਟਰੀ ਛੇਤੀ ਡਾਊਨ ਹੋ ਗਈ। ਅਤੇ ਫਿਰ ਚਲੋ ਆਪਾਂ ਹੁਣ ਮੁੜਿਆ ਪ੍ਰਸ਼ਾਦਾ ਪਾਣੀ ਛਕ ਲਿਆ, ਨਵੀਂ ਵੀਡੀਓ ਦੇ ਨਾਲ ਕੱਲ੍ਹ ਨੂੰ ਫਿਰ ਮਿਲਦੇ ਹਾਂ। ਇੱਕ ਅੱਧੀ ਆਪਾਂ ਫੈਮਿਲੀ ਨੂੰ ਵੀ ਮਿਲਣਾ ਹਜੇ ਹੋਰ, ਅਤੇ ਸ਼ਾਇਦ ਕਾਨਪੁਰ ਦੇ ਵਿੱਚ ਆਪਾਂ ਸਟੇਅ ਕਰਾਂਗੇ। ਉਹ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਆਉਣਗੀਆਂ ਦੇਖਣ ਵਾਲੀਆਂ, ਮਗਹਰ
ਬਹੁਤ ਸੋਹਣੀ ਅਤੇ ਵਧੀਆ ਜਗ੍ਹਾ ਅਤੇ ਡਿਫਰੈਂਟ ਜ਼ਿਆਦਾ ਇਤਿਹਾਸ ਆ, ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।